ਤਰਨ ਤਾਰਨ ਦੇ ਪਿੰਡ ਨੌਸ਼ਹਿਰਾ ਢਾਲਾਂ ਵਿਖੇ ਨਸ਼ੇ ਦੇ ਕੇਸ ਵਿੱਚ ਰੇਡ ਮਾਰਨ ਗਈ ਪੁਲਿਸ ਪਾਰਟੀ ਅੱਗੇ ਦੌੜੇ ਨੌਜਵਾਨ ਦੀ ਡਿਫੈਂਸ ਡਰੇਨ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਮਾਪਿਆਂ ਨੇ ਆਪਣੇ ਪੁੱਤਰ ਦੀ ਮੌਤ ਲਈ ਤਰਨ ਤਾਰਨ ਦੀ ਥਾਣਾ ਸਰਾਏ ਅਮਾਨਤ ਖਾਂ ਪੁਲਿਸ ਦੇ ਕਰਮਚਾਰੀਆਂ ਨੂੰ ਦੋਸ਼ੀ ਠਹਿਰਾਉਂਦਿਆਂ ਹੋਇਆਂ ਉਹਨਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਥਾਣੇ ਦੇ ਬਾਹਰ ਮ੍ਰਿਤਕ ਦੀ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਹੈ। ਉਧਰ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਪੁਲਿਸ ਕਰਮਚਾਰੀਆਂ ਖਿਲਾਫ਼ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਮ੍ਰਿਤਕ ਨੌਜਵਾਨ ਦਾ ਭਰਾ ਐਤਵਾਰ ਨੂੰ ਫਾਜ਼ਿਲਕਾ ਪੁਲਿਸ ਵੱਲੋਂ 5 ਕਿਲੋ ਹੈਰੋਇਨ ਦੀ ਖੇਪ ਫੜੇ ਗਏ ਵਿਅਕਤੀਆਂ ਵਿੱਚ ਸ਼ਾਮਿਲ ਹੈ ਅਤੇ ਪੁਲਿਸ ਅਨੁਸਾਰ ਮ੍ਰਿਤਕ ਵੀ ਨਸ਼ੇ ਦੇ ਮਾਮਲੇ ਵਿੱਚ ਜੇਲ੍ਹ ਤੋਂ ਜ਼ਮਾਨਤ ਤੇ ਵਾਪਸ ਆ ਚੁੱਕਾ ਹੈ। ਅੱਜ ਸਵੇਰੇ ਪਰਿਵਾਰ ਨੂੰ ਡਿਫੈਂਸ ਡਰੇਨ ਵਿੱਚੋਂ ਮਿਲਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਥਾਣਾ ਸਰਾਏ ਅਮਾਨਤ ਖਾਂ ਪੁਲਿਸ ਨੂੰ ਮ੍ਰਿਤਕ ਦੀ ਮੌਤ ਦਾ ਜ਼ਿੰਮੇਦਾਰ ਠਹਿਰਾਉਂਦਿਆਂ ਥਾਣੇ ਬਾਹਰ ਲਾਸ਼ ਨੂੰ ਰੱਖ ਕੇ ਧਰਨਾ ਦਿੱਤਾ ਗਿਆ ਅਤੇ ਜ਼ਿੰਮੇਦਾਰ ਪੁਲਿਸ ਕਰਮਚਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਮ੍ਰਿਤਕ ਦੀ ਮਾਤਾ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਵੱਲੋਂ ਉਹਨਾਂ ਦੇ ਘਰ ਛਾਪਾ ਮਾਰਨ ਤੋਂ ਬਾਅਦ ਰਿੰਕਾ ਡਰਦਾ ਮਾਰਾ ਪੁਲਿਸ ਪਾਰਟੀ ਅੱਗੇ ਭੱਜ ਪਿਆ ਅਤੇ ਪੁਲਿਸ ਪਾਰਟੀ ਵੱਲੋਂ ਪਿੱਛਾ ਕਰਨ ਤੋਂ ਬਾਅਦ ਰਿੰਕਾ ਜਦ ਡਿਫੈਂਸ ਡਰੇਨ 'ਚ ਪਹੁੰਚਿਆ ਤਾਂ ਪੁਲਿਸ ਕਰਮਚਾਰੀਆਂ ਨੇ ਉਸਨੂੰ ਧੱਕਾ ਮਾਰ ਕੇ ਡਰੇਨ ਵਿੱਚ ਸੁੱਟ ਦਿੱਤਾ, ਜਿਸ ਦੌਰਾਨ ਉਸ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ। ਜਿਸ ਦੀ ਜ਼ਿੰਮੇਦਾਰ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਹੈ। ਰੇਟ ਕੀਤਾ ਤੇ ਮੈਂ ਇਹਨੂੰ ਅੱਗੋਂ ਆਖਿਆ ਵੀ ਚੱਲ ਕੋਈ ਗੱਲ ਨਹੀਂ, ਜੇ ਰੇਟ ਕੀਤਾ ਤੇ ਲੈ ਜਾਂਦੇ ਮਾਪੇ ਕੋਈ ਗੱਲ ਨਹੀਂ, ਆਣ ਕੇ ਤੇ ਪੁੱਛ ਲੈਣਾ, ਪਤਾ ਸੁਰ ਕਰ ਲੈਣਾ। ਕਹਿੰਦੀ ਇਹਦਾ ਅੱਗੇ ਲੱਗ ਕੇ ਭੱਜਿਆ ਤੇ ਉਹਨੇ ਡਰਾਈਵ ਵੱਲ ਨੂੰ ਗਿਆ ਆ ਤੇ ਪੁਲਿਸ ਵਾਲੇ ਪਤਾ ਨਹੀਂ ਫੜ ਕੇ ਲੈ ਗਏ ਕਿ ਜਾਏ ਕਿੱਧਰ ਚਲੇ ਗਿਆ। ਮੁੜ ਕੇ ਮੈਂ ਵੀ ਇੱਥੇ ਕੀਤਾ, ਕੋਈ ਮੇਰੀ ਜਾਣ ਪਛਾਣ ਵਾਲਾ ਸੀ ਧੰਨਾ ਸਿੰਘ ਆ, ਕੋਈ ਸਿਪਾਹੀ ਆ ਇੱਥੇ, ਉਹਦਾ ਨੰਬਰ ਮੇਰੇ ਕੋਲ ਹੈਗਾ ਸੀ, ਉਹਨੂੰ ਮੈਂ ਫੋਨ ਕੀਤਾ ਆ ਪਹਿਲਾਂ ਤੋਂ ਮੈਨੂੰ ਦੱਸਣਗੇ, ਫਿਰ ਇੱਕਦਮ ਬਦਲ ਗਿਆ ਉਹਦਾ, ਨਹੀਂ ਅਸੀਂ ਉੱਥੇ ਪਹੁੰਚੇ ਨਹੀਂ ਸੀ, ਰਾਹ 'ਚੋਂ ਮੁੜ ਆਏ ਹਾਂ ਅਤੇ ਇੰਨਾ ਪਤਾ ਲੱਗਾ ਉੱਥੇ ਝੋਨਾ ਲਾਉਣ ਵਾਲੇ ਉਹਨਾਂ ਤੋਂ ਵੀ ਪਤਾ ਲੱਗਾ ਵੀ ਇਹ ਆਉਂਦੇ ਆਉਂਦੇ ਚੱਲ ਇੱਕ ਦੇ ਇਤਨਾ ਮਰ ਕੇ ਗਲੋਂ ਲੱਥ ਗਿਆ ਨਾ ਅੱਧੇ ਜੀ, ਮਗਰ ਮਗਰ ਪੁਲਿਸ ਮਗਰ ਚੜ੍ਹੀ ਉਹਦੀ ਮੋਰੀ, ਇਹਨਾਂ ਚੜ੍ਹੀ ਉਹਦੀ ਡਰਦਿਆਂ ਨੇ ਅਤੇ ਇਹ ਜਿੰਨਾ ਚਿਰ ਉਹ ਡੁੱਬਾ ਨਹੀਂ ਉਨਾ ਚਿਰ ਉੱਥੇ ਰਹਿ, ਜਦੋਂ ਡੁੱਬ ਗਿਆ ਉਦੋਂ ਸਾਰੇ ਮੁਲਾਜ਼ਮ ਬਾਹਰ ਨਿਕਲੇ। ਇਹ ਨਹੀਂ ਆਖਿਆ ਵੀ ਘਰਦਿਆਂ ਨੂੰ ਆਵਾਜ਼ ਮਾਰ ਕੇ ਜਾਏ, ਉਹਨਾਂ ਜਿਹੜੇ ਉੱਥੇ ਕੰਮ ਡਏ ਉਹਨਾਂ ਆਵਾਜ਼ ਮਾਰ ਕੇ ਕੱਢੀ ਜਾਏ, ਆਪ ਮਗਰ ਕਰੀ ਜਾਈਏ। ਅਸੀਂ ਇਹ ਮੰਗ ਕਰਦੇ ਹਾਂ ਜੀ ਇਹਨਾਂ ਨੂੰ ਇਨਸਾਫ਼ ਦਿੱਤਾ ਜਾਵੇ, ਸਾਨੂੰ ਜਿਹੜਾ ਸਾਡੇ ਨਾਲ ਧੱਕਾ ਹੋਇਆ ਇਹੋ ਪਰਿਵਾਰ ਦੇ ਵਿੱਚ ਮੁੰਡਾ ਕਮਾਈ ਵਾਲਾ ਸੀ, ਭਣੋਈਆ ਸਾਡਾ ਅੱਗੇ ਮਰ ਗਿਆ ਅਤੇ ਭੈਣ ਉੱਦਾਂ ਹੀ ਆ ਅਤੇ ਵੇਖ ਲਓ ਤੁਹਾਡੇ ਸਾਹਮਣੇ ਜੋ ਕੁਛ ਬੱਚੀ ਨਿਕੀ ਜੀ ਬੱਚੀ ਆ। ਇਹ ਹਰਭੇਜ ਨਾਂ ਦਾ ਜਿਹੜਾ ਇਹਦਾ ਬ੍ਰਦਰ ਸੀਗਾ ਉਹ ਉੱਥੇ ਫਾਜ਼ਿਲਕਾ ਡਿਸਟ੍ਰਿਕਟ 'ਚ ਫੜਿਆ ਗਿਆ ਨਾਰਕੋਟਿਕਸ ਦੇ ਸੰਬੰਧ 'ਚ, ਅਤੇ ਇਹਦੇ 'ਚ ਜਿਹੜਾ ਇਹਨਾਂ ਦਾ ਐਲੀਗੇਸ਼ਨ ਹੈ ਉਹ ਵੈਰੀਫਾਈ ਕਰ ਲੈਂਦੇ ਜੋ ਉਸ ਲਈ ਹੋਈ ਕਰਾਂਗੇ। ਹਾਂਜੀ ਉਹਨਾਂ ਦਾ ਵੀ ਉਹਦੇ 'ਤੇ ਵੀ ਇੰਸਪੈਕਟਰ ਦੇ ਪਰਚੇ ਦਰਜ ਸੀਗੇ, ਉਹ ਜਿਹੜਾ ਬੇਲ ਆਊਟ ਸੀਗਾ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਰਿੰਕਾ ਦੀ ਮੌਤ ਲਈ ਜ਼ਿੰਮੇਵਾਰ ਪੁਲਿਸ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਤਰਨ ਤਾਰਨ ਤੋਂ ਸਰਬਜੀਤ ਸਿੰਘ, ਖ਼ਬਰ ਹਰਪਲ ਇੰਡੀਆ ਲਈ।